ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ ਸਸਕਲ ਦੋਸਤੋ ਮੈਂ ਮਰਸ਼ੀਦ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਲਗਾਤਾਰ ਇਸ ਚੈਨਲ ਦੇ ਜ਼ਰੀਏ ਕੋਸ਼ਿਸ਼ ਰਹੀਦੀ ਹੈ ਯੂਕੇ ਦੇ ਸਟਡੀ ਵੀਜ਼ਾ ਨੂੰ ਲੈ ਕੇ ਹਰ ਲੇਟੈਸਟ ਇੰਪੋਰਟੈਂਟ ਅਪਡੇਟਸ ਜਿਹੜਾ ਤੁਹਾਡੇ ਅੱਗੇ ਲਾਇਆ ਜਾਵੇ ਤਾਂ ਕਿ ਤੁਸੀਂ ਵੱਧ ਤੋਂ ਵੱਧ ਜ਼ਿਆਦਾ ਇਨਫਾਰਮਡ ਤੇ ਨੋਲੇਜ ਰਹਿ ਸਕੋ ਸੋ ਯੂਕੇ ਦੇ ਵਿੱਚ ਵਿਦਆਊਟ ਆਲਸ ਬਹੁਤ ਸਾਰੀਆਂ ਆਪਸ਼ਨਸ ਹੈ ਔਰ ਉਹਦੇ ਵਿੱਚ ਪਲੱਸ 2 ਇੰਗਲਿਸ਼ ਦਾ ਸਕੋਰ ਦੇਖਿਆ ਜਾਂਦਾ ਬਟ ਬਰੌਡਵੇ ਨੇ ਤੁਹਾਨੂੰ ਥੋੜੇ ਦਿਨ ਪਹਿਲਾਂ ਆਪਸ਼ਨ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚ ਸਿਰਫ ਅਗਰ ਤੁਸੀਂ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ ਚ ਕੀਤੀ ਹੈ ਤੁਹਾਡੇ ਕੋਲ ਪਲੱਸ 2 ਦਾ 70% ਸਕੋਰ ਨਹੀਂ ਹੈਗਾ ਤੁਹਾਡੇ ਕੋਲ ਆਇਲਸ ਨਹੀਂ ਹੈਗਾ ਪੀਟੀ ਨਹੀਂ ਹੈਗਾ ਰਿਫਲ ਨਹੀਂ ਹੈਗਾ ਤਾਂ ਵੀ ਤੁਸੀਂ ਉਹਦੇ ਚ ਜਾ ਸਕਦੇ ਹੋ ਆਪਣਾ 스ਪਾউজ ਨਾਲ ਲਿ ਜਾ ਸਕਦੇ ਹੋ ਆਪਣੇ ਬੱਚੇ ਨਾਲ ਲਿ ਜਾ ਸਕਦੇ ਹੋ ਸੋ ਇਹ ਯੂਨੀਵਰਸਿਟੀ ਪਹਿਲਾਂ ਸਾਡੇ ਕੋਲ 21 ਹੀ ਆਪਸ਼ਨ ਸੀ ਬਟ ਹੁਣ ਸਾਡੇ ਕੋਲ ਦੂਸਰੀ ਆਪਸ਼ਨ ਆ ਚੁੱਕੀ ਹੈ ਜਿਹਦਾ ਰਿਕੁਆਇਰਮੈਂਟ ਸੇਮ ਰਹੂਗੀ ਕ੍ਰਾਈਟੇਰੀਆ ਸੇਮ ਹੈ ਬਟ ਉਹਦੇ ਚ ਫਰਕ ਇੰਨਾ ਹੈ ਕਿ ਅਗਰ ਤੁਸੀਂ ਪਹਿਲੀ ਆਪਸ਼ਨ ਨੂੰ ਲੈ ਲੋਗੇ ਜਿਹੜੀ ਕਿ ਆਲਮੋਸਟ ਇਸ ਵੀਕ ਦੇ ਐਂਡ ਤੱਕ ਬੰਦ ਹੋ ਜੂਗੀ ਉਹਦੇ ਵਿੱਚ ਤੁਸੀਂ ਡਾਇਰੈਕਟ ਮਾਸਟਰਸ ਪ੍ਰੋਗਰਾਮ ਚ ਜਾ ਰਹੇ ਹੋ ਅਗਰ ਤੁਸੀਂ ਇਹ ਆਪਸ਼ਨ ਨੂੰ ਮਿਸ ਕੀਤਾ ਫਿਰ ਸੈਕੰਡ ਆਪਸ਼ਨ ਜਿਹੜੀ ਤੁਹਾਨੂੰ ਮਿਲੇਗੀ ਉਹ ਪ੍ਰੀ ਮਾਸਟਰ ਪਲੱਸ ਮਾਸਟਰ ਮਿਲੂਗੀ ਮਤਲਬ ਪਹਿਲਾਂ ਤੁਹਾਨੂੰ ਪ੍ਰੀ ਮਾਸਟਰ ਕਰਨਾ ਪਊਗਾ ਉਸ ਤੋਂ ਬਾਅਦ ਤੁਸੀਂ ਮਾਸਟਰਸ ਕਰੋਗੇ ਸੋ ਮੇਰੀ ਐਡਵਾਈਸ ਹੈ ਕਿ ਉਹ ਜਿਹੜੀ ਚੀਜ਼ ਆ ਉਹਦਾ ਜਿਹੜਾ ਬੈਨੀਫਿਟ ਆ ਉਹ ਲੈ ਲੈਣ ਜਿਹੜੇ ਸਪਾਉਸ ਐਪਲੀਕੇਸ਼ਨਸ ਆ ਉਹ ਜ਼ਿਆਦਾ ਸੋਚ ਵਿਚਾਰ ਚ ਨਾ ਪੈਣ ਕਿਉਂਕਿ ਅਗਰ ਜਨੂਰੀ ਇਨਟੇਕ ਮਿਸ ਹੁੰਦਾ ਤਾਂ ਬਹੁਤ ਸਾਰੇ ਬੱਚੇ ਆ ਸੋਚ ਕੇ ਚੱਲਦੇ ਆ ਕਿਉਂਕਿ ਹੇਜੇ ਵੀ ਲੋਕੀ ਯੂਕੇ ਨੂੰ ਕੈਨੇਡਾ ਦੇ ਦਿਮਾਗ ਨਾਲ ਸੋਚਦੇ ਆ ਕਈ ਬੱਚੇ ਉਹਦੇ ਕੋਰਸ ਰੈਲੇਵੈਂਸੀ ਨੂੰ ਲੈ ਕੇ ਸੋਚਦੇ ਆ ਕੈਨੇਡਾ ਦੇ ਵਿੱਚ ਔਰ ਯੂਕੇ ਚ ਬਹੁਤ ਫਰਕ ਆ ਸੋ ਕੋਰਸ ਰੈਲੇਵੈਂਸੀ ਇੱਥੇ ਬਿਲਕੁਲ ਮੈਟਰ ਨਹੀਂ ਕਰਦੀ ਓਨੀ ਜ਼ਿਆਦਾ ਜਿੰਨੀ ਕਿ ਕੈਨੇਡਾ ਚ ਡਿਸੀਜਨ 메ਕਿੰਗ ਚ ਮੈਟਰ ਕਰਦੀ ਆ ਔਰ ਸੈਕੰਡਲੀ ਕੈਨੇਡਾ ਦਾ ਕੰਪੈਰੀ ਕੋਈ ਮੇ ਇਨਟੇਕ ਨਹੀਂ ਹੈਗਾ ਯੂਕੇ ਦੀ ਅਲੱਗ ਅਲੱਗ ਯੂਨੀਵਰਸਿਟੀਆਂ ਅਲੱਗ ਅਲੱਗ ਮੰਥ ਦੇ ਵਿੱਚ ਥੋੜੇ ਬਹੁਤ 1 2 4 ਕੋਰਸ ਲੈ ਕੇ ਓਪਨ ਹੋਣਗੀਆਂ ਜਿਹਦੇ ਵਿੱਚ ਤੁਸੀਂ ਫਿੱਟ ਹੋ ਵੀ ਸਕਦੇ ਹੋ ਤੇ ਨਹੀਂ ਵੀ ਹੋ ਸਕਦੇ ਐਸ ਸਿਚੁਏਸ਼ਨ 'ਚ ਤੁਸੀਂ ਫਸ ਸਕਦੇ ਹੋ ਅਗਲੇ ਆਉਣ ਵਾਲੇ ਜਿਹੜੇ ਮੰਥ ਹੋਣਗੇ ਸਾਡੀਆਂ ਐਡ ਚੱਲਦੀਆਂ ਰਹਿਣੀਆਂ ਅਸੀਂ ਰਿਕਰੂਟਮੈਂਟ ਕਰਦੇ ਰਹਿਣਾ ਕਿਉਂਕਿ ਬਹੁਤ ਸਾਰੇ ਪ੍ਰੋਫਾਈਲ ਉਹਦੇ 'ਚ ਫਿੱਟ ਹੋਣ ਵਾਲੇ ਵੀ ਹੁੰਦੇ ਆ ਬਟ ਬਹੁਤ ਸਾਰੇ ਪ੍ਰੋਫਾਈਲਸ ਲਈ ਸ਼ਾਇਦ ਇਹ ਲਾਸਟ ਆਪਸ਼ਨ ਹੋ ਸਕਦੀ ਹੈ ਸੋ ਐਮਓਆਈ ਦੇ ਉੱਤੇ ਜਿਹੜੀ ਐਡਮਿਸ਼ਨ ਪੋਸਿਬਿਲਟੀ ਜਿੰਨੀ ਫਾਸਟ ਔਰ ਜਿੰਨੀ ਟਾਈਮਲੀ ਅੱਜ ਦੀ ਡੇਟ ਦੇ ਵਿੱਚ ਹੈਗੀ ਹੈ ਸ਼ਾਇਦ ਤੁਹਾਨੂੰ ਬਾਅਦ 'ਚ ਨਾ ਮਿਲੇ ਸੋ ਆਪਣੇ ਸਮੇਂ ਨੂੰ ਵੈਲਿਊ ਕਰ ਲੋ ਔਰ ਬਿਨਾ ਟਾਈਮ ਗਵਾਏ ਟਾਈਮ ਨਾਲ ਅਪਲਾਈ ਕਰ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।